ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਈਦ ਦਾ ਤੀਸਰਾ ਦਿਨ ਅਤੇ ਜੁਮਾ ਵੀ ਆ, ਤੁਹਾਨੂੰ ਸਾਰਿਆਂ ਨੂੰ ਜੁਮਾ ਮੁਬਾਰਕ। ਆਪਣਾ ਕਾਫੀ ਦਿਨਾਂ ਤੋਂ ਕੰਮ ਰੁਕਿਆ ਹੋਇਆ ਸੀਗਾ ਪਲਾਟ ਦਾ, ਅੱਜ ਮੈਂ ਠੇਕੇਦਾਰ ਨੂੰ ਕਾਲ ਕੀਤੀ ਆ, ਉਹ ਆਉਣ ਦਿਆ ਵਾ, ਅਤੇ ਫਿਰ ਮੈਂ ਉਹਨੂੰ ਪੁੱਛਣਾ ਆਪਣਾ। ਤੁਹਾਨੂੰ ਪਤਾ ਵਾ ਮੈਂ ਜਿਹੜੀ ਆਪਣੀ ਯੂਟਿਊਬ ਦੀ ਪਹਿਲੀ ਵੀਡੀਓ ਬਣਾਈ ਸੀ ਨਾ, ਉਹ 'ਚ ਮੈਂ ਖੁਆਇਸ਼ ਦਾ ਇਜ਼ਹਾਰ ਕੀਤਾ ਸੀਗਾ ਕਿ ਮਿੰਨੀ ਜ਼ੂ ਬਣਾਉਣਾ ਵਾ। ਹੁਣ ਮੈਂ ਆਪਣੇ ਭਰਾ ਨਾਲ ਕੀਤੀ ਆ ਗੱਲ ਬਾਹਰ ਵਾਲੇ ਨਾਲ, ਅਤੇ ਉਹਨੂੰ ਮੈਂ ਮਨਾਉਣ ਦੀ ਕੋਸ਼ਿਸ਼ ਕਰ ਰਿਹਾ। ਅਗਰ ਉਹ ਮੰਨ ਗਿਆ ਨਾ ਤਾਂ ਆਪਾਂ ਇਨਸ਼ਾਅੱਲਾ ਇੱਥੇ ਮਿੰਨੀ ਜ਼ੂ ਬਣਾਵਾਂਗੇ। ਆਪਣਾ ਇੱਟਾਂ ਸ਼ੀਟਾਂ 'ਤੇ ਵਾਹਵਾ ਪਈਆਂ, ਥੋੜ੍ਹਾ ਜਿਹਾ ਸਮਾਨ ਲਿਆਉਣਾ ਪੈਣਾ ਵਾ, ਅਤੇ ਥੋੜ੍ਹੀ ਇੱਟ ਹੋਰ ਮੰਗਾਉਣੀ ਪੈਣੀ ਆ, ਚਾਰ ਦੀਵਾਰੀ ਹੋ ਜਾਣੀ ਆ। ਉਹ ਪਿੱਛੇ ਇੱਕ ਕਮਰਾ ਬਣਾ ਕੇ ਇੱਥੇ ਨੁੱਕਰ 'ਚ ਵਾਸ਼ਰੂਮ ਛੱਡਿਆ ਸੀ, ਇੱਥੇ ਵਾਸ਼ਰੂਮ ਬਣਾਵਾਂਗੇ, ਅਤੇ ਬਾਕੀ ਸਾਰਾ ਵਿੱਚ ਆਪਣੇ ਤਰੀਕੇ ਨਾਲ ਤਿਆਰ ਕਰਾਵਾਂਗੇ, ਇੱਥੇ ਬਣਾਵਾਂਗੇ ਮਿੰਨੀ ਜ਼ੂ ਇਨਸ਼ਾਅੱਲਾ। ਇੱਥੇ ਆਪਾਂ ਬਣਾਵਾਂਗੇ ਮਿੰਨੀ ਜ਼ੂ, ਭਰਾ ਆਪਣੇ ਨੂੰ ਮੈਂ ਮਨਾ ਲਾਂਗਾ ਜੇ ਉਹ ਮੰਨ ਗਿਆ। ਇਹਦੇ ਤਿਆਰ ਕਰਦਿਆਂ ਤੱਕ, ਇਹਨੂੰ ਬਣਾਉਂਦਿਆਂ ਤੱਕ ਥੋੜ੍ਹੇ ਥੋੜ੍ਹੇ ਕਰਕੇ ਪਰਿੰਦੇ ਜੇ ਵੋ ਜਿਹੜੀਆਂ ਚੀਜ਼ਾਂ ਕੋ ਮੈਨੂੰ ਚੰਗੀਆਂ ਲੱਗਦੀਆਂ, ਜਿਹੜੀਆਂ ਮੈਂ ਉੱਥੇ ਆਪਣੇ ਘਰ ਸਾਂਭ ਸਕਦਾ ਹਾਲੇ, ਮਤਲਬ ਕਿ ਫਿਲਹਾਲ ਲਿਆ ਆਵਾਂਗੇ ਥੋੜ੍ਹੀਆਂ ਥੋੜ੍ਹੀਆਂ ਕਰਕੇ, ਫਿਰ ਇੱਥੇ ਸ਼ਿਫਟ ਕਰ ਲਾਂਗੇ ਬਾਅਦ 'ਚੋਂ। ਠੇਕੇਦਾਰ ਦੇ ਨਾਲ ਮੈਂ ਗੱਲ ਕਰਨੀ ਆ, ਉਹਦੇ ਕੋਲ ਐਸਟੀਮੇਟ ਲਵਾਉਣਾ ਵਾ, ਕਿਉਂਕਿ ਇੱਕੋ ਵਾਰੀ ਜਿੱਥੇ ਮੇਰੇ ਕੋਲ ਬਣਾਇਆ ਨਹੀਂ ਨਾ ਜਾਣਾ, ਇਹਨੂੰ ਵੀ ਟਾਈਮ ਲੱਗ ਜਾਣਾ। ਜਦੋਂ ਤੱਕ ਟਾਈਮ ਲੱਗਦਾ ਵਾ ਉਦੋਂ ਤੱਕ ਬਾਕੀ ਕੰਮ ਤਾਂ ਕਰਾਂਗੇ ਨਾ, ਮਤਲਬ ਕਿ ਘਰੋਂ ਕੰਮ ਤੋਰਾਂਗੇ ਅੱਗੇ ਆਪੀ ਤੋਰ ਪਏਗਾ। ਠੇਕੇਦਾਰ ਨੂੰ ਸੱਦ ਕੇ ਉਹਦੇ ਕੋਲ ਐਸਟੀਮੇਟ ਲਵਾਉਣਾ ਕਿ ਭਾਈ ਇੱਦਾਂ ਇੱਦਾਂ ਇੰਨਾ ਕੁ ਅਸੀਂ ਤਿਆਰ ਕਰਾਉਣਾ, ਔਰ ਤੇ ਇੱਟ ਕਿੰਨੀ ਲੱਗੇਗੀ, ਸੀਮਟ ਰੇਤ ਬਜਰੀ ਸਮਾਨ ਕਿੰਨਾ ਕੁ ਚਾਹੀਦਾ ਵਾ, ਫਿਰ ਮਜ਼ਦੂਰੀਆਂ ਦਾ ਜਾਂ ਠੇਕਾ ਮੁੱਕਣਾ ਵਾ, ਉਹ ਸਾਰੀ ਗੱਲਬਾਤ ਅੱਜ ਉਹਨਾਂ ਨਾਲ ਕਰਾਂਗੇ। ਉਹਨੂੰ ਕੀਤਾ ਫੋਨ ਸ਼ਾਮ ਨੂੰ, ਕਹਿੰਦਾ ਸੀ ਮੈਂ ਆਵਾਂਗਾ, ਅਤੇ ਲਿਹਾਜ਼ਾ ਹੁਣ ਥੋੜ੍ਹੀ ਦੇਰ ਬਾਅਦ ਜੁਮਾ ਵਾ, ਨਹਾ ਧੋ ਕੇ ਅਤੇ ਤਿਆਰ ਸ਼ਿਆਰ ਹੋ ਕੇ ਜੁਮਾ ਪੜ੍ਹੀਏ, ਜੁਮਾ ਪੜ੍ਹ ਕੇ ਫਿਰ ਉਹ ਆਉਂਦਾ ਵਾ, ਅਤੇ ਉਹਨਾਂ ਕਰਦੇ ਹਾਂ ਗੱਲ, ਪੁੱਛਦੇ ਹਾਂ ਫਿਰ ਉਹ ਕੀ ਕਹਿੰਦਾ। ਜੁਮੇ ਦੀ ਅਜ਼ਾਨ ਹੋ ਗਈ ਆ ਅਤੇ ਉੱਤੋਂ ਠੇਕੇਦਾਰ ਵੀ ਆ ਗਿਆ, ਮੈਂ ਕਿਹਾ ਛੇਤੀ ਛੇਤੀ ਹੁਣ ਇਹਨਾਂ ਨਿਬੜ ਲਈ, ਉਹ ਆ ਕੇ ਖਲੋਤਾ ਵਾ, ਬਸ ਇਹਨੂੰ ਪੁੱਛ ਲਵਾਂ ਕੀ ਤਰੀਕਾਕਾਰ ਆ, ਗੱਲਬਾਤ ਕੀ ਆ, ਉਸ ਤੋਂ ਬਾਅਦ ਫਿਰ ਜੁਮਾ ਪੜ੍ਹਨ ਜਾਣਾ, ਜੁਮੇ ਤੋਂ ਬਾਅਦ ਫਿਰ ਲਾਉਂਦੇ ਹਾਂ ਹਿਸਾਬ ਕਿ ਅਗਲਾ ਪ੍ਰੋਗਰਾਮ ਕੀ ਆ। ਲਓ ਜੀ ਗੱਲਬਾਤ ਆਪਣੀ ਹੋ ਗਈ ਆ, ਓਕੇ ਹੋ ਗਿਆ, ਓਕੇ ਗੱਲਬਾਤ ਆਪਣੀ ਹੋ ਗਈ ਆ। ਆਪਣਾ ਐਸਟੀਮੇਟ ਲਾ ਕੇ ਦੱਸ ਕੇ ਗਏ ਨੇ, ਹੁਣ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਹੁਣ ਮੈਂ ਤੁਸੀਂ ਪਹਿਲੇ ਨੀਹਾਂ ਦਾ ਕੰਮ ਪੂਰਾ ਕਰੋ ਨਾ, ਨੀਹਾਂ ਦਾ ਕੰਮ ਪੂਰਾ ਹੁੰਦਾ ਵਾ, ਉਸ ਤੋਂ ਬਾਅਦ ਫਿਰ ਉਹ ਐਸਟੀਮੇਟ ਜਿਹੜਾ ਦੱਸਿਆ ਉਸ ਹਿਸਾਬ ਨਾਲ ਸਮਾਨ ਮੰਗਾ ਕੇ ਦੱਸਾਂਗਾ ਇਹਨਾਂ ਨੂੰ। A few minutes later. ਫਾਈਨਲੀ ਨਹਾ ਧੋ ਕੇ ਭਾਈ ਜੁਮਾ ਪੜ੍ਹਨ ਨਿਕਲ ਆਇਆ ਵਾਂ, ਪਰ ਥੋੜ੍ਹਾ ਜਿਹਾ ਲੇਟ ਹੋ ਗਿਆ, ਕਾਰੀ ਸਾਹਿਬ ਖੁਤਬਾ ਦੇ ਰਹੇ ਆ, ਜਾਂਦੇ ਜੁਮਾ 'ਚ ਕਰਾਉਣਾ ਪੈਣਾ, ਬਸ ਅੱਲਾ ਖੈਰ ਕਰੇ ਜੁਮਾ ਪੜ੍ਹ ਲਈਏ। ਜੁਮੇ ਤੋਂ ਬਾਅਦ ਫਿਰ ਅੱਜ ਕੁਛ ਦੋਸਤਾਂ ਨੇ ਆਉਣਾ ਵਾ, ਉਹਨਾਂ ਨੂੰ ਕਾਲ ਕਰਕੇ ਪੁੱਛਾਂਗਾ ਭਾਈ ਕਿੰਨੇ ਕੁ ਵਜੇ ਆਉਣਾ ਜੇ। ਫਾਈਨਲੀ ਜੀ ਜੁਮਾ 'ਤੇ ਅਸੀਂ ਪੜ੍ਹ ਆਏ ਹਾਂ, ਪਰ ਬੜੇ ਅਫਸੋਸ ਦੀ ਗੱਲ ਆ, ਇਹੀ ਮਸਜਿਦ ਆ ਜਿੱਥੇ ਰੋਜ਼ਿਆਂ ਦੇ ਵਿੱਚ ਜੁਮੇ ਵਾਲੇ ਦਿਨ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਲੱਭਦੀ, ਅੱਜ ਪਿੱਛੋਂ ਸਫ਼ਾਂ ਵੀ ਪੂਰੀਆਂ ਨਹੀਂ ਹੋਈਆਂ, ਰੋਜ਼ੇ ਮੁੱਕਿਆਂ ਨੂੰ ਇਹ 3 ਦਿਨ ਹੋਏ, ਅੱਜ ਤੀਸਰਾ ਦਿਨ ਆ ਈਦ ਦਾ, ਅਤੇ ਨਮਾਜ਼ੀ ਆਪਣੇ ਅੱਲਾ ਦੀ ਮਿਹਰਬਾਨੀ ਨਾਲ ਪੂਰੇ ਪੂਰੇ ਹੋ ਗਏ ਆ। ਮੌਸਮ ਬੜਾ ਪਿਆਰਾ ਸੀਗਾ ਵੈਸੇ, ਪੜ੍ਹ ਲਏ ਰਮਜ਼ਾਨ 'ਚ ਜੁਮੇ। ਅੱਛਾ ਰਮਜ਼ਾਨ ਤੱਕ ਹੀ ਮੁਸਲਮਾਨ ਸੀ ਸਾਰੇ, ਪੜ੍ਹ ਲਏ ਮੈਂ। ਚਲੋ ਮੌਸਮ ਬੜਾ ਪਿਆਰਾ ਸੀਗਾ ਵੈਸੇ ਨਾ, ਮਸਜਿਦ ਪੂਰੀ ਹੋਣੀ ਚਾਹੀਦੀ ਸੀਗੀ ਯਾਰ, ਕੰਮ ਤੋਂ ਕੰਮ ਜੁਮੇ ਦੀ ਨਮਾਜ਼ ਤਾਂ ਪੜ੍ਹੀ ਜਾਓ, ਹੁਣ ਨਮਾਜ਼ਾਂ ਬਾਕੀ ਤਾਂ 5 ਤੁਸੀਂ ਨਹੀਂ ਪੜ੍ਹਨੀਆਂ, ਜੁਮੇ ਦੀ ਤਾਂ ਪੜ੍ਹੀ ਜਾਓ ਘੱਟ ਸੋ ਘੱਟ। ਇੱਥੇ ਲੱਗ ਗਈ ਮੇਰੇ ਆਂਟੀ ਹੋਣੀ ਰਹਿੰਦੇ, ਘਰ ਦੇ ਸਾਰੇ ਗਏ ਆ ਉੱਧਰ, ਉੱਧਰੋਂ ਫੋਨ ਆ ਗਿਆ ਕਿ ਭਾਈ ਦੁਪਹਿਰ ਦੀ ਰੋਟੀ ਤੁਹਾਡੀ ਪਾਕ ਗਈ ਆ, ਆ ਜਾਓ ਹੁਣ ਤਾਲਾ ਤੁਲਾ ਮਾਰ ਕੇ ਅਤੇ ਆਪਾਂ ਚੱਲੀਏ, ਕੱਲ੍ਹ ਨਾਸ਼ਤਾ ਉੱਧਰੋਂ ਕੀਤਾ ਸੀਗਾ, ਅੱਜ ਦੁਪਹਿਰ ਦੀ ਵੀ ਆਪਾਂ ਉੱਧਰ ਹੀ ਖਾਣੀ ਹੈ। ਖੋਲੋ
ਆ ਗਿਆ ਮੈਂ ਇੱਧਰ, ਕਹਿੰਦੇ ਹੁਣ ਇਹ ਵਿਹਲਾ ਆ ਜਾਂਦਾ ਰੋਟੀ ਖਾਣ। ਖੋਲੋ ਇਹ ਦੇਖੋ ਕੌਣ ਹੈ, ਕਿਆ ਦੇਖ ਰਹੇ ਹੋ ਮਰੀਆਂ? ਕਿਆ ਬਣਾ ਕੇ ਅੱਜ ਕੱਲ ਆ ਬਣਾਏ ਹੋ ਵੀ ਕੱਪੜੇ ਨੇ ਪੈਣੇ ਆ, ਮੈਂ ਬਾਹਰ ਦੱਸਦਾ ਆ। ਮੈਂ ਕਿਹਾ ਭਾਈ ਅਗਲੇ ਕਹਿੰਦੇ ਹੋਏ ਚੰਗਾ ਭੁੱਖਾ ਰੋਟੀ ਖਾਣ ਪਹੁੰਚ ਜਾਂਦਾ ਟਾਈਮ ਨਾਲ ਹੀ। ਰੋਟੀ ਖਾ ਕੇ ਅਤੇ ਮੈਂ ਉੱਠ ਕੇ ਆ ਗਿਆ ਉੱਥੋਂ, ਅਤੇ ਉਹ ਭਾਈ ਸ਼ਬੀਰ ਅਤੇ ਅੱਬਾ ਜੀ ਸਾਡੇ ਵੱਡੇ ਨੇ ਬਜ਼ੁਰਗ, ਅੱਲਾ ਪਾਕ ਉਹਨਾਂ ਨੂੰ ਸਿਹਤ ਯਾਬੀ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਅਤਾ ਕਰੇ। ਉਹਨਾਂ ਦੀ ਵਜ੍ਹਾ 'ਤੇ ਉੱਥੇ ਮਸਜਿਦ 'ਚ ਇਫਤਾਰੀਆਂ ਚੱਲ ਰਹੀਆਂ ਹੁੰਦੀਆਂ ਰੋਜ਼ ਹੀ, ਅਤੇ ਉਹ ਉਮਰੇ 'ਤੇ ਗਏ ਸੀਗੇ, ਅਤੇ ਅੱਲਾ ਖੈਰ ਕਰੇ ਹੁਣ ਪਹੁੰਚ ਆਏ ਨੇ। ਆਵਾਜ਼ ਆ ਗਈ ਆ ਕਿ ਭਾਈ ਆ ਗਏ ਨੇ, ਪਹੁੰਚ ਆਏ ਹਾਜੀ ਸਾਹਿਬ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਸ਼ਾਬਾ ਸ਼ਾਬਾ, ਹਿੰਮਤ ਮਿਹਨਤ ਮਿਹਨਤ ਜਵਾਨ ਦੀ ਮੌਤ। ਗੱਲ ਕੁਛ ਇੱਦਾਂ ਵਾ ਕਿ ਸੁਬਾਹ ਲੱਗਣੇ ਆ ਮਿਸਤਰੀ, ਭਾਈ ਸ਼ਬੀਰ ਸੁੱਤੇ ਆ, ਪੈਪ ਪਿੱਛੇ ਚਾਹੀਦਾ ਹੁੰਦਾ ਚੰਗਾ ਲੰਬਾ, ਇੱਥੋਂ ਆ ਘਰੋਂ ਪੈਪ ਲਾ ਕੇ ਅਤੇ ਪਿੱਛੇ ਪਲਾਟ 'ਤੇ ਖੜਨਾ ਵਾ, ਤੁਹਾਨੂੰ ਮੈਂ ਦਿਖਾਇਆ ਪਲਾਟ, ਅਤੇ ਉਹ ਪੈਪ ਐਡਾ ਲੰਬਾ ਸਿਰਫ ਇਹਨਾਂ ਕੋਲ ਹੀ ਆ, ਅਤੇ ਉਹ ਮਸਜਿਦ 'ਚ ਪਿਆ। ਹੁਣ ਉੱਠਦੇ ਆ ਅਤੇ ਫਿਰ ਮਸਜਿਦ 'ਚੋਂ ਪੈਪ ਲਿਆਉਣਾ ਵਾ। ਸੀਮਟ ਪਿਆ ਸੀ ਮੇਰੇ ਕੋਲ, ਉਹ ਖਰਾਬ ਹੋਣ ਦਿਆ ਸੀ, ਮਿਸਤਰੀ ਮਜ਼ਦੂਰ ਭੱਜ ਗਏ ਸੀ, ਉਹ ਮੈਂ ਚੁਕਾ ਦਿੱਤਾ ਸੀਗਾ। ਮੈਂ ਕਿਹਾ ਚਲੋ ਇਦੋਂ ਬਾਅਦ ਲਾਉਣੇ ਆ, ਸੀਮਟ ਚੁੱਕ ਲਿਆਵਾਂਗਾ। ਹੁਣ ਉਹ ਸੀਮਟ ਵਾਲੀ ਵੀ ਅੱਜ ਦੁਕਾਨ ਬੰਦ ਸੀ ਸੁਬਾਹ, ਫਸਟ ਟਾਈਮ ਉਹਨਾਂ ਨੇ ਆ ਜਾਣਾ ਵਾ, ਅਤੇ ਹੁਣ ਮੈਂ ਪਰੇਸ਼ਾਨ ਹੋਇਆ ਪਿਆ ਕਿ ਹੁਣ ਕੀ ਕਰਾਂ। ਹੁਣ ਮੈਂ ਕੋਸ਼ਿਸ਼ ਕਰਨ ਦਿਆਂ ਕਿਸੇ ਤਰੀਕੇ ਨਾਲ ਇੱਕ ਦੋ ਬੋਰੀਆਂ ਕੋਈ ਦੁਕਾਨ ਖੁਲਾ ਕੇ ਨਾ ਸੁਬਾਹ ਸੁਬਾਹ ਕਢਾ ਲਾਈਆਂ, ਹੁਣ ਕਢਾ ਲਵਾਂ, ਬਾਕੀ ਫਿਰ ਜਿਹੜਾ ਆਪਣਾ ਆਇਆ ਸੀਗਾ ਉਹ ਮਿਲ ਜਾਏਗਾ, ਉਹ ਭੇਜ ਦੇਣਗੇ ਫਿਰ ਜਦੋਂ ਟਾਈਮ ਲੰਘੇਗਾ ਥੋੜ੍ਹਾ ਜਿਹਾ। ਅਤੇ ਪੈਪ ਲਿਆ ਕੇ ਅਤੇ ਪਾਣੀ ਛਾਣੀ ਮੈਟਾਂ ਨੂੰ ਅੱਜ ਹੀ ਲਾ ਦੇਵਾਂ, ਤਾਂ ਕਿ ਸੁਬਾਹ ਜਦੋਂ ਮਿਸਤਰੀ ਮਜ਼ਦੂਰ ਆਉਣ ਅਤੇ ਉਹਨਾਂ ਦਾ ਕੰਮ ਰੁਕੇ ਨਾ, ਹੱਥ ਨਾ ਰੁਕੇ, ਆਉਂਦੇ ਹੀ ਆਪਣਾ ਕੰਮ ਸ਼ੁਰੂ ਕਰਨ। ਲਓ ਜੀ ਗੱਲ ਕੁਛ ਇੱਦਾਂ ਵਾ ਕਿ ਅੱਜ ਹੀ ਠੇਕੇਦਾਰ ਦੇਖ ਕੇ ਗਿਆ ਵਾ, ਅੱਜ ਹੀ ਮੈਨੂੰ ਤਸੱਲੀਆਂ ਦੇ ਕੇ ਗਿਆ ਕਿ ਬੰਦੇ ਕੱਲ੍ਹ ਨੂੰ ਆ ਜਾਣਗੇ। ਠੇਕੇਦਾਰ ਨੇ ਫਿਰ ਫੋਨ ਕਰਤਾ ਕਿ ਯਾਰ ਉਹ ਕੱਲ੍ਹ ਦੀ ਦਿਹਾੜੀ ਇੱਕ ਕੱਢ ਲਓ, ਪਰਸੋਂ ਆ ਜਾਣਗੇ ਬੰਦੇ। ਮੈਂ ਫਿਰ ਕੀ ਕਹਿਣਾ ਸੀ, ਮੈਂ ਕਿਹਾ ਚਲੋ ਠੀਕ ਆ, ਸਮਾਨ ਵੀ ਆਪਣਾ ਪੂਰਾ ਨਹੀਂ ਸੀ ਆਇਆ ਕਿਉਂਕਿ ਅੱਜ ਈਦ ਦਾ ਤੀਸਰਾ ਦਿਨ ਆ, ਸੀਮਟ ਸ਼ੀਮਟ ਵੀ ਲਿਆਉਣ ਵਾਲਾ, ਪਾਣੀ ਦਾ ਪੈਪ ਵੀ ਲਿਆਉਣਾ ਪੈਣਾ, ਉਹ ਨੁੱਕਰ ਵਾਲਾ ਘਰ ਬਣਦਾ ਵਾ ਉੱਥੋਂ ਇੱਥੇ ਲਿਆ ਕੇ ਆਉਣਾ ਪਾਣੀ, ਉਹ ਵੀ ਜ਼ਰੂਰਤ ਆ। ਅਤੇ ਮੈਂ ਕਿਹਾ ਚਲੋ ਠੀਕ ਆ, ਮੈਂ ਵੀ ਕੱਲ੍ਹ ਨੂੰ ਸਮਾਨ ਸਮੂਨ ਆਪਣਾ ਜਿਹੜਾ ਘੱਟਦਾ ਉਹ ਪੂਰਾ ਕਰ ਲਵਾਂਗਾ, ਅਤੇ ਤੁਸੀਂ ਵੀ ਆ ਜਾਇਓ। ਅੱਜ ਦੇ ਲਈ ਬਸ ਇੰਨਾ ਹੀ, ਅਤੇ ਆਪਣੇ ਭਰਾ ਨੂੰ ਦਿਓ ਇਜਾਜ਼ਤ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਕਿਸੇ ਨਾ ਕਿਸੇ ਦੋਸਤ ਦੇ ਨਾਲ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।